Hi, and welcome to Trinican Media. I am T Media, and today we're going to talk about being an international student. How to apply to become an international student in Canada. Today I have a few international students who's going to help me with this video. So let's hear from them. Hello, and welcome to Trinican Media. I am T Media. ਆਪਾਂ ਇੰਟਰਨੈਸ਼ਨਲ ਸਟੂਡੈਂਟ ਹੁੰਦੇ ਹੋਏ ਵੀ ਆਪਾਂ ਕੈਨੇਡਾ ਤੋਂ ਆਊਟਸਾਈਡ ਟਰੈਵਲ ਕਰ ਸਕਦੇ ਹਾਂ? ਹਾਂਜੀ, ਬਿਲਕੁਲ ਕਰ ਸਕਦੇ ਹਾਂ। ਆਪਾਂ ਕਿਸੇ ਵੀ ਕੰਟਰੀ 'ਚ ਜਾ ਸਕਦੇ ਹਾਂ, ਬਟ ਆਪਾਂ ਨੂੰ ਉਸ ਪਲੇਸ ਦਾ ਵੀਜ਼ਾ ਹੋਣਾ ਇੰਪੋਰਟੈਂਟ ਆ। ਆਪਾਂ ਆਪਣੀ ਜਿੱਦਾਂ ਇੰਡੀਆ ਤੋਂ ਹਾਂ, ਆਪਾਂ ਇੰਡੀਆ ਵਾਪਸ ਜਾ ਸਕਦੇ ਹਾਂ, ਅਤੇ ਜਿੰਨੇ ਟਾਈਮ ਆਪਾਂ ਸਟੱਡੀ ਕਰ ਰਹੇ ਹਾਂ ਆਪਾਂ ਕਿਤੇ ਵੀ ਜਾ ਸਕਦੇ ਹਾਂ, ਬਟ ਮੇਨ ਚੀਜ਼ ਇਹੀ ਆ ਆਪਾਂ ਕੋਲ ਵੀਜ਼ਾ ਹੋਣਾ ਚਾਹੀਦਾ। ਕੈਨੇਡਾ ਆਉਣ ਤੋਂ ਕਿੰਨੇ ਟਾਈਮ ਪਹਿਲਾਂ ਆਫਰ ਲੈਟਰ ਲਈ ਅਪਲਾਈ ਕਰਨਾ ਪੈਂਦਾ? ਜੇ ਆਪਾਂ ਗੱਲ ਕਰੀਏ ਸਟੂਡੈਂਟ ਨੂੰ ਕਿੰਨੇ ਟਾਈਮ ਪਹਿਲਾਂ ਅਪਲਾਈ ਕਰਨਾ ਪੈਂਦਾ, ਉਹਦੇ ਵਾਸਤੇ ਸਾਨੂੰ ਵੇਖਣਾ ਪੈਣਾ ਵੀ ਸਟੂਡੈਂਟ ਨੇ ਪਹਿਲੇ ਪ੍ਰਾਈਵੇਟ ਕਾਲਜ ਯੂਨੀਵਰਸਿਟੀ ਜਾਣਾ ਜਾਂ ਫਿਰ ਸਰਕਾਰੀ 'ਚ ਜਾਣਾ। ਜਿੱਦਾਂ ਆਪਾਂ ਜਿਹੜੇ ਹਾਈਲੀ ਰੈਪੂਟੇਟਡ ਜਾਂ ਸਰਕਾਰੀ ਨੇ ਉਹ ਲੈਂਦੇ ਨੇ ਲਗਭਗ 15-20 ਦਿਨ ਜਾਂ ਮਹੀਨਾ ਵੀ ਲੈ ਲੈਂਦੇ ਨੇ, ਅਤੇ ਕੋਈ ਕੋਈ ਜਿੱਦਾਂ ਸੈਨਿਕਾ ਹੋ ਗਿਆ ਜਾਂ ਹੋਰ ਮੇਨ ਕਾਲਜ ਹੋ ਗਏ, ਉਹ 3 ਮਹੀਨੇ ਲੈਂਦੇ ਨੇ। ਪਰ ਜੇ ਆਪਾਂ ਗੱਲ ਕਰੀਏ ਪ੍ਰਾਈਵੇਟ ਦੀ, ਜਿੱਦਾਂ ਕਿ ਆਪਣਾ ਕੋਈ ਪ੍ਰਾਈਵੇਟ ਯੂਨੀਵਰਸਿਟੀ ਜਾਂ ਕਾਲਜ ਹੈਗਾ, ਉਹ 2-3 ਦਿਨ ਲਏਗਾ ਤੁਹਾਡਾ ਅਪਲਾਈ ਕਰਨ ਵਾਸਤੇ। ਜਿੱਦਾਂ ਕਿ ਆਪਣਾ ਕਿ ਸੈਂਟ ਜ਼ੇਵੀਅਰ ਹੈ ਜਾਂ 1-2 ਹੋਰ ਨੇ ਜਿਹਨਾਂ ਦੇ ਬਾਰੇ ਮੈਨੂੰ ਪਤਾ ਹੈ, ਉਹ 2-3 ਦਿਨਾਂ 'ਚ ਆਪਣਾ ਰਿਪਲਾਈ ਕਰ ਦਿੰਦੇ ਨੇ। ਅਤੇ ਬਾਕੀ ਗੱਲ ਇਹ ਆ ਬਈ ਕਿਸ ਟਾਈਮ ਉਹਨਾਂ ਦਾ ਆਫਰ ਲੈਟਰ ਖੁੱਲਦਾ ਅਤੇ ਕਿੰਨੇ ਟਾਈਮ ਪਹਿਲਾਂ ਕਹਿੰਦੇ ਆਪਾਂ ਅਪਲਾਈ ਕਰ ਸਕਦੇ ਹਾਂ, ਆਪਾਂ ਸਿਰਫ ਉਸੇ ਟਾਈਮ ਕਰ ਦਿੰਦੇ ਹਾਂ। ਆਪਾਂ ਨੂੰ ਕੈਨੇਡਾ 'ਚ ਪੜ੍ਹਨ ਲਈ ਸਟੱਡੀ ਪਰਮਿਟ ਅਪਲਾਈ ਕਰਨਾ ਜ਼ਰੂਰੀ ਹੁੰਦਾ? ਜ਼ਰੂਰ ਜ਼ਰੂਰੀ ਹੁੰਦਾ ਆ, ਕਿਉਂਕਿ ਬਿਨਾਂ ਸਟੱਡੀ ਪਰਮਿਟ ਤੋਂ ਇੱਥੇ ਸਟੂਡੈਂਟ ਜਿਹੜਾ ਉਹ ਆਪਣੀ ਸਟੱਡੀ ਪਰਸਿਊ ਨਹੀਂ ਕਰ ਸਕਦਾ। ਜਦੋਂ ਆਪਾਂ ਨੂੰ ਕਾਲਜ ਅਸੈਪਟੈਂਸ ਲੈਟਰ ਆਪਾਂ ਨੂੰ ਭੇਜ ਦਿੰਦੀ ਆ, ਆਪਾਂ ਜਦੋਂ ਕੈਨੇਡੀਅਨ ਏਅਰਪੋਰਟ 'ਤੇ ਹੁੰਦੇ ਹਾਂ ਉੱਥੇ ਇਮੀਗ੍ਰੇਸ਼ਨ ਵਿੱਚ ਆਪਾਂ ਨੂੰ ਇੱਕ ਸਮੋਲ ਇੰਟਰਵਿਊ ਲੈਂਦੇ ਆ ਕੈਨੇਡੀਅਨ ਉੱਥੇ ਸਟੂਡੈਂਟ ਦਾ, ਅਤੇ ਉਹਦੇ ਵਿੱਚ ਇੰਟਰਵਿਊ ਵਿੱਚ ਆਪਣੇ ਕੋਰਸ ਦੇ ਰਿਲੇਟਿਡ ਅਤੇ ਆਪਣੇ ਕਾਲਜ ਦੇ ਰਿਲੇਟਿਡ ਕਈ ਕੁਐਸਚਨਿੰਗ ਕਰਦੇ ਆ, ਜਿਹਦੇ ਵਿੱਚ ਫਿਰ ਆਪਾਂ ਨੂੰ ਉਹਦੇ ਉਸ ਬੇਸ ਦੇ ਉੱਤੇ ਆਪਾਂ ਨੂੰ ਸਟੱਡੀ ਪਰਮਿਟ ਦਿੰਦੇ ਆ। ਉਹ ਕਿੰਨੇ ਟਾਈਮ ਦਾ ਹੁੰਦਾ ਆ ਉਹ ਆਪਣੇ ਕੋਰਸ 'ਤੇ ਵੀ ਡਿਪੈਂਡ ਕਰਦਾ ਆ ਅਤੇ ਉਹਨੇ ਪਰਮਿਟ 'ਤੇ ਵੀ ਡਿਪੈਂਡ ਕਰਦਾ। ਹਮ ਕਬ ਔਰ ਕੈਸੇ ਸਟੱਡੀ ਪਰਮਿਟ ਕੇ ਲਈ ਅਪਲਾਈ ਕਰ ਸਕਦੇ? ਸਭ ਪਹਿਲੇ ਸਟੱਡੀ ਪਰਮਿਟ ਕੇ ਲਈ ਅਪਲਾਈ ਕਰਨੇ ਕੇ ਲਈ ਹਮਾਰੇ ਪਾਸ ਆਫਰ ਲੈਟਰ ਕੇ ਲਈ ਅਪਲਾਈ ਕਰਨਾ ਹੁੰਦਾ ਹੈ। ਆਫਰ ਲੈਟਰ ਐਕਸੈਪਟ ਹੋਣੇ ਕੇ ਬਾਅਦ ਹਮੇਂ ਲੈਟਰ ਆਫ ਐਕਸੈਪਟੈਂਸ ਮਿਲਤਾ ਹੈ। ਉਸਕੇ ਬਾਅਦ ਹਮੇਂ ਫੀ ਪੇ ਕਰਨੀ ਹੈ ਐਂਡ ਜੀ ਆਈ ਸੀ ਪੇ ਕਰਨੀ ਹੈ। ਉਸਕੇ ਬਾਅਦ ਜਬ ਹਮਾਰੇ ਸਾਰੇ ਡਾਕੂਮੈਂਟਸ ਕੰਪਲੀਟ ਹੋ ਗਏ, ਹਮ ਗਵਰਨਮੈਂਟ ਕੋ ਹਮਾਰੇ ਡਾਕੂਮੈਂਟ ਸੈਂਡ ਕਰਤੇ ਹੈ ਐਂਡ ਉਸਕੇ ਬਾਅਦ ਗਵਰਨਮੈਂਟ ਹਮੇਂ ਅਪਰੂਵਲ ਦੇਤਾ ਹੈ। ਐਂਡ ਉਸਕੇ ਬਾਅਦ ਅਪਰੂਵਲ ਮਿਲਨੇ ਕੇ ਬਾਅਦ ਹਮ ਜਬ ਏਅਰਪੋਰਟ ਪਰ ਜਾਤੇ ਹੈ, ਵਹਾਂ ਪੇ ਹਮੇਂ ਸਟੱਡੀ ਪਰਮਿਟ ਗ੍ਰਾਂਟ ਹੋਤਾ ਹੈ ਔਰ ਵਹਾਂ ਪੇ ਹਮਸੇ ਥੋੜ੍ਹੀ ਬਹੁਤ ਕੁਐਸਚਨਿੰਗ ਕਰੀ ਜਾਤੀ ਹੈ ਐਂਡ ਇਫ ਦੇ ਆਰ ਸੈਟਿਸਫਾਈਡ ਦੇਲ ਗ੍ਰਾਂਟ ਅਸ ਦ ਸਟੱਡੀ ਪਰਮਿਟ। एक इंटरनेशनल स्टूडेंट होते हुए क्या हम कनाडा में काम कर सकते हैं? हाँ, अगर हम कर सकते हैं तो कितने घंटे कर सकते हैं? एज ए इंटरनेशनल स्टूडेंट हम 1 हफ्ते में 20 घंटे काम करने कर सकते हैं लीगली। अगर हम इससे ज़्यादा करते हैं तो वो इलीगल है, पर अगर ऑफिशियल ड्रॉप है स्टडी के बीच में जो मतलब ऑफिशियल ड्रॉप, तो उसमें हम 40 घंटे काम कर सकते हैं, उसके अलावा नहीं हम 40 घंटे काम कर सकते। ਹਾਂਜੀ, ਬਿਲਕੁਲ ਕਰ ਸਕਦੇ ਹਾਂ। ਆਪਾਂ ਕਿਸੇ ਵੀ ਕੰਟਰੀ 'ਚ ਜਾ ਸਕਦੇ ਹਾਂ, ਬਟ ਆਪਾਂ ਨੂੰ ਉਸ ਪਲੇਸ ਦਾ ਵੀਜ਼ਾ ਹੋਣਾ ਇੰਪੋਰਟੈਂਟ ਆ।
ਆਪਾਂ ਆਪਣੀ ਜਿੱਦਾਂ ਇੰਡੀਆ ਤੋਂ ਹਾਂ ਆਪਾਂ ਇੰਡੀਆ ਵਾਪਸ ਜਾ ਸਕਦੇ ਹਾਂ ਅਤੇ ਜਿੰਨੇ ਟਾਈਮ ਆਪਾਂ ਸਟੱਡੀ ਕਰ ਰਹੇ ਹਾਂ ਆਪਾਂ ਕਿਤੇ ਵੀ ਜਾ ਸਕਦੇ ਹਾਂ ਬਟ ਮੇਨ ਚੀਜ਼ ਇਹੀ ਆ ਆਪਾਂ ਕੋਲ ਵੀਜ਼ਾ ਹੋਣਾ ਚਾਹੀਦਾ ਕੀ ਆਪਣੇ ਆਪਾਂ ਆਪਣੇ ਮਾਂ ਪਿਓ ਜਾਂ ਕਿਸੇ ਹੋਰ ਨੂੰ ਕੈਨੇਡਾ ਵਿੱਚ ਬੁਲਾ ਸਕਦੇ ਹਾਂ ਜਾਂ ਕਿਆ ਕਿ ਉਹ ਖੁਦ ਆ ਸਕਦੇ ਨੇ ਆਪਾਂ ਬਿਲਕੁਲ ਬੁਲਾ ਸਕਦੇ ਹਾਂ ਆਪਣੇ ਪੇਰੈਂਟਸ ਨੂੰ ਆਪਾਂ ਨੂੰ ਖੁਦ ਇਨਵੀਟੇਸ਼ਨ ਲੈਟਰ ਲਿਖਣਾ ਪੈਂਦਾ ਜਿਹਦੇ 'ਚ ਕਾਫੀ ਸਾਰੇ ਵੇਜ਼ ਆ ਜਿਹਨਾਂ ਨਾਲ ਆਪਾਂ ਆਪਣੇ ਪੇਰੈਂਟਸ ਨੂੰ ਬੁਲਾ ਸਕਦੇ ਹਾਂ ਪਹਿਲਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਆਪਾਂ ਆਪਣੇ ਪੇਰੈਂਟਸ ਨੂੰ ਮਿਸ ਕਰ ਰਹੇ ਹਾਂ ਸੋ ਉਹ ਇੱਕ ਵੇ ਆ ਬਾਕੀ ਕਨਵੋਕੇਸ਼ਨ ਦੇ ਟਾਈਮ 'ਤੇ ਵੀ ਆਪਾਂ ਆਪਣੇ ਪੇਰੈਂਟਸ ਨੂੰ ਬੁਲਾ ਸਕਦੇ ਹਾਂ Hi, and on behalf of Trinican Media, I would like to thank all these international students for helping me produce this video. So please look forward to some more videos like this upcoming. And again, thank to everyone here for participating in this video. Trinican out.